ਕਹਿੰਦੇ ਰਾਤ ਦਾ ਟਰੱਕ ਪਲਟਿਆ ਆ, ਲੇਕਿਨ ਦੇਖ ਲਓ ਇੱਕ ਵੀ ਬੋਰੀ ਕਿਸੇ ਨੇ ਨਹੀਂ ਛੇੜੀ। ਇਹ ਪੰਜਾਬੀਆਂ ਨੇ ਹੁਣ ਸੇਧ ਲਈ ਲੱਗਦਾ ਆ ਸੁਧਰ ਗਏ ਆ। ਜਿਹੜਾ ਸੇਬਾਂ ਦਾ ਟਰੱਕ ਪਲਟਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਮਿੱਲਾਂ ਦਾ ਸੁਧਾਰ ਕਰ ਲਿਆ ਆ। ਰਾਤ ਦਾ ਟਰੱਕ ਪਲਟਿਆ ਆ ਅਤੇ ਧੁੰਦ ਦੇ ਵਿੱਚ ਬਹੁਤ ਜ਼ਿਆਦਾ ਹਾਦਸੇ ਹੋ ਰਹੇ ਆ, ਅਤੇ ਹੁਣ ਤਾਂ ਲੱਗਦਾ ਮੈਨੂੰ ਲੱਗਦਾ ਇਹਨੀ ਕਰੇਨ ਵੀ ਸੱਦ ਲਈ ਆ। ਉਹ ਦੇਖੋ ਬੋਰੀਆਂ ਇੱਦਾਂ ਪਈਆਂ, ਕਿਸੇ ਨੇ ਕੋਈ ਬੋਰੀ ਨਹੀਂ ਛੇੜੀ। ਰਾਤ ਦਾ ਟਰੱਕ ਪਲਟਿਆ ਆ ਕਹਿੰਦੇ ਇਹ, ਕਿਸੇ ਨੇ ਵੀ ਇੱਕ ਵੀ ਬੋਰੀ ਨਹੀਂ ਛੇੜੀ। ਉਹ ਕਰੇਨ ਆ ਗਈ ਆ ਸਾਹਮਣੇ ਤੁਹਾਡੇ, ਕਰੇਨ ਨਾਲ ਹੁਣ ਇਹ ਸਿੱਧਾ ਕਰਨਗੇ ਰਾਤ ਦਾ, ਲੇਕਿਨ ਕਿਸੇ ਨੇ ਵੀ ਬੋਰੀ ਨਹੀਂ ਛੇੜੀ। ਜਦ ਦੀ ਉਹ ਵੀਡੀਓ ਵਾਇਰਲ ਹੋਈ ਆ ਨਾ ਇਹ ਸੇਬਾਂ ਵਾਲੀ, ਉਸ ਤੋਂ ਬਾਅਦ ਪੰਜਾਬੀਆਂ ਨੇ ਸੇਧ ਲੈ ਲਈ ਆ। ਬੇਇੱਜ਼ਤੀ ਬਹੁਤ ਹੁੰਦੀ ਆ, ਇਸ ਕਰਕੇ ਤੁਹਾਡੇ ਸਾਹਮਣੇ ਬੰਦਾ ਇਕੱਠੇ ਕਰ ਰਿਹਾ। ਕਿਸੇ ਨੇ ਇੱਕ ਵੀ ਮਟਰ ਨਹੀਂ ਛੇੜਿਆ, ਕਹਿੰਦੇ ਇੱਕ ਵੀ ਮਟਰ। ਡਰਾਈਵਰ ਦੱਸਦਾ ਆ, ਡਰਾਈਵਰ ਕਹਿੰਦਾ ਰਾਤ ਆਪਾਂ ਰੋਟੀ ਖਾਣ ਚਲੇ ਗਏ ਢਾਬੇ 'ਤੇ, ਲੇਕਿਨ ਉਸ ਤੋਂ ਬਾਅਦ ਆ ਕੇ ਦੇਖਿਆ ਮਟਰ ਇੱਦੇ ਅਤੇ ਇੱਦੇ ਪਏ, ਕਿਸੇ ਨੇ ਇੱਕ ਵੀ ਮਟਰ ਨਹੀਂ ਛੇੜਿਆ। ਹੁਣ ਗੱਡੀ ਇੱਕ ਲਿਆਂਦੀ ਆ, ਉਸ ਗੱਡੀ ਦੇ ਵਿੱਚ ਲੋਡ ਕਰਦੇ ਪਏ ਆ, ਲੋਡ ਕਰਨ ਤੋਂ ਬਾਅਦ ਬੋਰੀਆਂ ਭਰਦੇ ਆ। ਅਤੇ ਵੀਡੀਓ ਮੈਂ ਇਸ ਕਰਕੇ ਪਾਈ ਆ ਵੀ ਆਪਣੇ ਪੰਜਾਬੀ ਹੁਣ ਸੁਧਰ ਗਏ ਆ ਅਤੇ ਪੰਜਾਬੀਆਂ ਸੁਧਾਰ ਆ ਗਿਆ। ਵੀਡੀਓ ਵਾਇਰਲ ਹੋਈ ਸੀ ਸੇਬਾਂ ਵਾਲੀ, ਲੇਕਿਨ ਮਟਰ ਸੇਬਾਂ ਨਾਲ ਵੀ ਮਹਿੰਗੇ ਆ। ਵੀਡੀਓ ਚੰਗੀ ਲੱਗੇ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਤੁਹਾਡਾ ਬਹੁਤ ਬਹੁਤ।